ਅਸਲਾਮ ਰਹਿਮਤੁਲਲਾਹ ਬਰਕਾਤੁਹੂ। ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਗੋਟਸ ਮਾਸਟਰ ਚੈਨਲ। ਮੈਂ ਤੁਹਾਡਾ ਮੇਜ਼ਬਾਨ ਮਲਿਕ ਫੈਯਾਜ਼ ਗੌਹਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਦੋਸਤੋ, ਅੱਜ ਇੱਕ ਵਾਰੀ ਫਿਰ ਸ਼ਹਿਰ ਅਵਾਨ ਸ਼ਰੀਫ, ਮਲਕਾਂ ਦਾ ਸ਼ਹਿਰ ਮਾਸ਼ਾਅੱਲਾ, ਅਤੇ ਮਲਕਾਂ ਕੋਲ ਹੀ ਆਏ ਹਾਂ ਮਾਸ਼ਾਅੱਲਾ। ਖੈਰ ਬਾਦਸ਼ਾਹ, ਮੇਰੇ ਮਲਕ ਬਾਦਸ਼ਾਹ ਹੁੰਦੀ ਖੈਰ ਬਾਦਸ਼ਾਹ ਵਸਦੇ ਰਹਿਣਾ ਬਾਦਰਵਣ, ਠੰਡ ਵਾਲੀ ਥਾਂ ਆ ਗਈ ਮਾਸ਼ਾਅੱਲਾ ਜੀ। ਮਲਕਾਂ ਦਾ ਜ਼ਿਕਰ ਹੋਵੇ ਜਾਂ ਫਿਰ ਖਰੀਆਂ ਸ਼ਹਿਰ 'ਚ ਮਲਕ ਮੌਜੂਦ ਨੇ ਮਾਸ਼ਾਅੱਲਾ, ਮਲਕ ਭਾਈ ਦਾ ਮਸਾਬ ਸਾਡੇ ਵੀਰ ਨੇ, ਸਾਡੇ ਭਾਈ ਨੇ ਮਾਸ਼ਾਅੱਲਾ ਬਹੁਤ ਪਿਆਰਾ ਸ਼ੋਅ ਕਰਦੇ ਨੇ ਬੱਕਰੀਆਂ ਦਾ, ਮਲਕ ਭਾਈ ਦਾ ਮਸਾਬ। ਜਾਂ ਫਿਰ ਅਵਾਨ ਸ਼ਰੀਫ ਵਿੱਚ ਆਇਆ ਮਾਸ਼ਾਅੱਲਾ, ਬਹੁਤ ਪਿਆਰੀਆਂ ਬੱਕਰੀਆਂ ਰੱਖੀਆਂ ਨੇ ਮਲਕਾਂ ਨੇ, ਤਾਂ ਤੁਹਾਨੂੰ ਮਲਕਾਂ ਨਾਲ ਗੁਫ਼ਤਗੂ, ਤੁਹਾਡੀ ਕਰਾਵਾਂ ਦੇ ਕਾਫ਼ੀ ਸਾਰੇ ਡਿਸਕਸ ਵੀ ਇਹਨਾਂ ਦੀ ਹੋਵੇ ਦੀ, ਸਵਾਲ ਜਵਾਬ ਦਾ ਸਿਲਸਿਲਾ ਇਹਨਾਂ ਨਾਲ ਹੋਵੇ ਦਾ ਜੀ। ਰਾਸ਼ਦ ਭਾਈ, ਮੈਨੂੰ ਇਹ ਗੱਲ ਦੱਸੋ ਕਿ ਗੁਜਰਾਤੀ ਬੀਤਲ ਬੱਕਰੀਆਂ ਦਾ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਪਿਆ? ਸਾਨੂੰ ਭਾਈ ਜੀ ਸ਼ੌਕ ਇਹਨਾਂ ਦਾ ਇੱਥੋਂ ਪਿਆ ਜੀ, ਇਸ ਵੇਲੇ ਅਸਾਂ ਅੱਖ ਖੋਲੀਏ ਨਾ ਜੀ, ਸਾਡੇ ਘਰ ਗੁਜਰਾਤੀ ਬੀਤਲ ਹੈ, ਜ਼ਿੰਦਾਬਾਦ। ਸਾਡੇ ਬਾਪ ਨੇ, ਸਾਡੇ ਦਾਦਾ ਨੇ ਇਹੀ ਬੱਕਰੀਆਂ ਰੱਖੀਆਂ ਨੇ, ਠੀਕ ਹੈ। ਤੇ ਅੱਗੋਂ ਸਾਨੂੰ ਵੀ ਫਿਰ ਅਸੀਂ ਛੋਟੇ ਜਿਹੇ ਸਕੂਲੋਂ ਆਉਣਾ ਤੇ ਬੱਕਰੀਆਂ ਮਗਰ ਟੁੱਟ ਜਾਣਾ ਜੀ, ਤੇ ਸਾਨੂੰ ਵੀ ਇੱਥੋਂ ਹੀ ਫਿਰ ਸ਼ੌਕ ਪੈਂਦਾ ਤੇ ਅੱਜ ਦੇਖ ਲਓ ਤੁਹਾਡੇ ਸਾਹਮਣੇ ਹੀ ਠੀਕ ਹੋ ਗਿਆ। ਤੇ ਇਹਨਾਂ ਬੱਕਰੀਆਂ ਦਾ ਸਾਨੂੰ ਸ਼ੌਕ ਇੱਥੋਂ ਹੀ ਪੈ ਕੇ ਬੱਕਰੀਆਂ ਅੱਗੇ ਹੀ ਸਾਡੇ ਘਰ ਮੌਜੂਦ ਹੋਈਆਂ। ਮਲਕ ਰਾਸ਼ਦ ਸਾਹਿਬ, ਕੋਈ ਸਕੂਲ ਦੀਆਂ ਚਾਰ ਜਮਾਤਾਂ ਪੜੀਆਂ ਨੇ? ਜੀ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮੈਟ੍ਰਿਕ ਪਾਸ ਆ ਜੀ। ਯਾਨੀ ਕਿ ਇਹ ਗੱਲ ਕੋਈ ਨਹੀਂ, ਅਨਪੜ੍ਹ ਤੁਸੀਂ? ਨਹੀਂ ਨਹੀਂ, ਅਨਪੜ੍ਹ ਵਾਲੀ ਗੱਲ ਝੂਠ ਹੈ ਜੀ, 10 ਪੜ੍ਹੇ ਆ ਜੀ, ਭਾਵੇਂ ਨਸ ਭੱਜ ਗਈ। ਅਮੂਮਨ ਬੰਦੇ ਕਹਿੰਦੇ ਨੇ ਜੀ, ਬੰਦੇ ਬੱਕਰੀਆਂ ਚਰਾਉਂਦੇ ਨੇ ਔਰ ਜ਼ਹਿਰ ਗੁਆਰ ਹੀ ਹੁੰਦੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਨਹੀਂ, ਜ਼ਹਿਰ ਗੁਆਰ ਤੇ ਹਰ ਕੋਈ ਵੀ ਨਹੀਂ ਹੁੰਦਾ, ਉਂਝ ਕੋਈ ਨਾ ਪੜ੍ਹੇ ਤੇ ਉਹਦੀ ਮਰਜ਼ੀ ਹੈ, ਮਾਂ ਪਿਓ ਦੀ ਤੇ ਹਾਇਸ਼ ਹੁੰਦੀ ਹੈ ਕਿ ਸਾਡਾ ਬੱਚਾ ਪੜ੍ਹੇ ਜੀ, ਸਾਡਾ ਬੱਚਾ ਡਾਕਟਰ ਬਣੇ, ਪ੍ਰੋਫੈਸਰ ਬਣੇ, ਹੈ ਤੇ ਅਸੀਂ ਅੱਲਾ ਦੇ ਹੁਕਮ ਨਾਲ 10 ਪੜ੍ਹੇ ਜੇ ਜੀ, ਤੇ ਉਸ ਤੋਂ ਬਾਅਦ ਫਿਰ ਅਸੀਂ ਵੀ ਸੋਟੀ ਫੜ ਲਈਏ। ਇਹਦੇ ਨਾਲ ਹੋਰ ਕੀ ਬਿਜ਼ਨਸ ਕਰਦੇ ਹੋ? ਇਹਦੇ ਨਾਲ ਹੋਰ ਕੋਈ ਬਿਜ਼ਨਸ ਨਹੀਂ ਜੀ, ਇਸ ਵੇਲੇ ਫਿਲਹਾਲ ਆ ਜਾ ਰਿਹਾ ਬੱਕਰੀ, ਆਪਣਾ ਜਿਹੜਾ ਘਰ ਦਾ ਨਿਜ਼ਾਮ ਹੈ ਸਾਰਾ ਚੱਲਦਾ ਸਹੀ, ਬੱਕਰੀਆਂ ਤੋਂ ਹੀ ਨਿਜ਼ਾਮ ਚੱਲ ਰਿਹਾ ਜੀ ਅੱਲਾ ਦੇ ਹੁਕਮ ਜੀ। ਨਾਜ਼ਰੀਨ ਇਕਰਾਮ, ਸਾਡੇ ਨਾਲ ਮੌਜੂਦ ਨੇ ਮਲਕ ਬਲਾਲ ਸਾਹਿਬ। ਮਲਕ ਬਲਾਲ ਸਾਹਿਬ, ਤੁਸੀਂ ਕਿੰਨੇ ਚਿਰ ਤੋਂ ਬੱਕਰੀਆਂ ਦਾ ਕੰਮ ਪੇ ਕਰਦੇ ਹੋ ਬਗਾਦਾ ਤੌਰ ਤੇ? ਸਾਨੂੰ ਵੀ ਜਨਾਬ ਮਤਲਬ ਪਿਓ ਦਾਦੇ ਤੋਂ ਲੈ ਕੇ ਜੀ, ਜਿਹੜੇ ਮਸਲ ਸਾਡੇ ਘਰ ਦੀ ਬੱਕਰੀਆਂ ਨੇ ਜੀ, ਜਿਹੜੀਆਂ ਗੁਜਰਾਤੀ ਬੀਤਲ ਜੀ ਸਰ, ਤੇ ਉੱਥੇ ਮਸਲਨ ਅਕਸਰ ਜਿਹੜੇ ਬੰਦੇ ਨੇ ਬੱਚੇ ਲੋਕਾਂ ਦੇ ਨੇ ਜਿਹੜੇ ਮਤਲਬ ਖਿਲੌਣਿਆਂ ਨਾਲ ਖੇਡਣ ਵਾਲੀ ਉਮਰ ਹੈ, ਅਸੀਂ ਲੇਲੀਆਂ ਲੇਲੀਆਂ ਨਾਲ ਖੇਡਦੇ ਰਹੇ। ਯਾਨੀ ਕਿ ਤੁਸੀਂ ਬੱਕਰੀਆਂ ਨਾਲ ਖੇਡਦੇ ਰਹੇ ਹੋ? ਜਾ ਬਚਪਨ ਜੀ, ਕਿਸੇ ਦਾ ਸਿੰਘ ਫੜ ਹੈ, ਕਿਸੇ ਦਾ ਕੰਨ ਫੜ ਹੈ, ਬਿਲਕੁਲ, ਕਿਸੇ ਦਾ ਥਣ ਫੜ ਹੈ, ਬਿਲਕੁਲ, ਹੈ ਕਿਸੇ ਨੂੰ ਮਤਲਬ ਪੂਛਲ ਤੇ ਫੜ ਕੇ ਭੂਆ ਭੂਆ ਟੜੀ ਦੇ, ਬਿਲਕੁਲ, ਹੈ ਜੀ, ਇਹ ਕੰਮ ਕੀਤਾ ਜੇ, ਬਿਲਕੁਲ, ਮਾਸ਼ਾਅੱਲਾ। ਤੇ ਫਿਰ ਸ਼ੌਕ ਪੈ ਗਿਆ, ਇਸ ਟਾਈਮ ਮੌਜੂਦ ਕਿੰਨੀਆਂ ਬੱਕਰੀਆਂ ਤੁਹਾਡੇ ਕੋਲ? ਉਸ ਟਾਈਮ ਤਕਰੀਬਨ 40 ਬੱਕਰੀਆਂ ਨੇ। 40 ਬੱਕਰੀਆਂ ਨੇ, ਤੇ ਕੋ ਸਕੂਲ ਦੀਆਂ ਤੁਹਾਂ ਜਮਾਤਾਂ ਪੜ੍ਹਨ ਗਏ ਜੀ? ਜੀ, ਮੈਟ੍ਰਿਕ ਪਾਸ, ਮੈਟ੍ਰਿਕ ਪਾਸ ਗਿਆ ਪਤਾ ਨੇ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਮੇਰੇ ਮੁਹਤਰਮ ਮਲਕ ਬਲਾਲ ਸਾਹਿਬ ਔਰ ਮਲਕ ਰਾਸ਼ਦ ਸਾਹਿਬ, ਮੈਨੂੰ ਇਹ ਗੱਲ ਦੱਸੋ ਮਲਕ ਬਲਾਲ ਸਾਹਿਬ ਕਿ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਜਿਹੜੀ ਯੂਨੀਵਰਸਿਟੀਆਂ ਦੀ ਹੈ, ਕਾਲਜਾਂ ਦੀ ਹੈ, ਜਾਂ ਫਿਰ ਜੇ ਮੰਮੀ ਡੈਡੀ ਬੰਦੇ ਬੱਕਰੀਆਂ ਰੱਖਣਾ ਪਸੰਦ ਕਰਦੇ ਨੇ, ਉਹ ਕਿਸ ਤਰ੍ਹਾਂ ਬੱਕਰੀਆਂ ਦਾ ਸ਼ੌਕ ਕਰਨ ਔਰ ਕਿਉਂ ਕਰਨ? ਇਹ ਜੀ ਜਨਾਬ, ਬੱਕਰੀਆਂ ਦਾ ਸ਼ੌਕ ਹਰ ਬੰਦਾ ਅੱਬਲ ਤੇ ਕਰ ਹੀ ਨਹੀਂ ਸਕਦਾ ਜੀ, ਤੇ ਜੇ ਕੋਈ ਕਰਦਾ ਤੇ ਆਵਾਮ ਨੂੰ ਕਰਨ ਨਹੀਂ ਦਿੰਦੀ, ਕਰਨ ਨਹੀਂ ਦਿੰਦੀ, ਅਕਸਰ ਭੈਣਾਂ ਭਰਾ ਹੀ ਨਹੀਂ ਕਰਨ ਦਿੰਦੇ, ਭੈਣਾਂ ਭਰਾ ਨਹੀਂ। ਦੇਖੋ ਜੀ, ਇਹ ਨੇ ਬੱਕਰੀਆਂ ਰੱਖੀਆਂ ਨੇ, ਇਹਨੂੰ ਦੁਨੀਆਦਾਰੀ ਦੇ ਨਹੀਂ ਪਤਾ, ਨਹੀਂ ਪਤਾ, ਤੇ ਐਸੇ ਇਹਨੂੰ ਕਿਸੇ ਰਿਸ਼ਤਾ ਨਹੀਂ ਦੇਣਾ ਜੀ। ਅਲਹਮਦੁਲਿਲਾ, ਅਸੀਂ ਦੋਏ ਭਰਾ ਤੁਹਾਡੇ ਸਾਹਮਣੇ ਮੌਜੂਦ ਆ, ਬਾਲ ਬੱਚੇਦਾਰ ਆ ਜੀ, ਠੀਕ ਹੈ, ਔਰ ਅਲਹਮਦੁਲਿਲਾ ਸਾਡੇ ਤੇ ਅੱਲਾ ਦਾ ਬਹੁਤ ਜ਼ਿਆਦਾ ਕਰਮ ਹੈ, ਸੁਭਾਨ ਅੱਲਾ, ਕਿਸੇ ਦੀ ਕੋਈ ਸਾਨੂੰ ਡੈਲ ਸੇਵਾ ਜਾਂ ਪਰੇਸ਼ਾਨੀ ਨਹੀਂ ਹੈ ਜੀ, ਠੀਕ ਹੈ ਜੀ। ਤੇ ਬਹੁਤ ਔਕਾਤ ਅੱਜ ਕੱਲ ਆਵਾਮ, ਜ਼ਿਆਦਾਤਰ ਆਵਾਮ ਇਸ ਚੀਜ਼ ਤੋਂ ਡਰਦੀ ਹੈ ਵੀ ਜੀ, ਕਿ ਯਾਰ ਅਸੀਂ ਬੱਕਰੀਆਂ ਰੱਖੀਆਂ ਰਿਸ਼ਤੇਦਾਰ ਕੀ ਆਖਣ ਦੇ, ਭੁੱਖੇ ਮਰ ਚੱਲੇ ਨੇ, ਇਹ ਹੋ ਗਿਆ, ਇਹਨਾਂ ਨੇ ਬੱਕਰੀਆਂ ਕਿਉਂ ਰੱਖੀਆਂ ਨੇ? ਲੇਕਿਨ
ਮਤਲਬ ਸਾਹਿਬ ਕੁਝ ਬੰਦੇ ਬੱਕਰੀਆਂ ਦੇ ਕੋਲ ਲੰਘਦੇ ਨੇ ਤੇ ਨੱਕ ਤੇ ਹੱਥ ਰੱਖ ਲੈਂਦੇ ਨੇ। ਜਨਾਬ ਜੇ ਅਸੀਂ ਲੋਕ ਜਾਂਦੇ ਹਾਂ ਅਕਸਰ ਉਹਨਾਂ ਬੰਦਿਆਂ ਵਾਸਤੇ ਇਹ ਮੇਰਾ ਪੈਗਾਮ ਹੈ ਕਿ ਜਿਹੜੇ ਲੋਕ ਮੂੰਹ ਤੇ ਅੱਗੇ ਹੱਥ ਰੱਖ ਕੇ ਬੱਕਰੀਆਂ ਦੇ ਕੋਲ ਦੀ ਲੰਘਦੇ ਨੇ ਉਹੀ ਬੰਦੇ ਅਗਰ ਕਸਾਈ ਕੋਲ ਜਾ ਕੇ ਬੱਕਰੇ ਦਾ ਕੋਸ਼ਤ ਹੈ ਜਿਹੜਾ ਉਹ ਸ਼ੌਕੀਨ ਨਾਲ ਮਤਲਬ ਸ਼ੌਕ ਨਾਲ ਖਰੀਦਦੇ ਨੇ, ਠੀਕ ਹੈ, ਉਹ ਵੀ ਤੇ ਉਹਨਾਂ ਬੱਕਰੀਆਂ ਦਾ ਹੀ ਹੈ ਨਾ, ਬੱਕਰੀਆਂ ਦਾ ਹੀ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਵੀ ਹੈ ਜੀ, ਔਰ ਅਕਸਰ ਸਾਹਬਾ ਪੈਗੰਬਰਾਂ ਨੇ ਬੱਕਰੀਆਂ ਮਸਲਨ ਚਗਾਈਆਂ ਨੇ, ਉਹਨਾਂ ਦਾ ਦੁੱਧ ਪੀਤਾ, ਆਵਾਮ ਨੂੰ ਪਿਆਲਿਆ, ਗੋਸ਼ਤ ਖਾਧਾ, ਲਿਹਾਜ਼ਾ ਮਸਲਨ ਦੁੱਧ ਦੇ ਵਿੱਚ ਵੈਸੇ ਵੀ ਸ਼ਿਫਾ ਹੈ, ਵੈਸੇ ਵੀ ਸ਼ਿਫਾ ਹੈ। ਅਕਸਰ ਬੰਦੇ ਸਾਡੇ ਕੋਲ ਆਉਂਦੇ ਨੇ ਜਿਹਨੂੰ ਡਾਕਟਰ ਕੀਮ ਲਾ ਇਲਾਜ ਕਰ ਛੱਡਦੇ ਨੇ, ਉਹ ਲੋਕ ਕਹਿੰਦੇ ਨੇ ਕਿ ਜਿਹੜਾ ਸਾਨੂੰ ਬੱਕਰੀ ਦਾ ਦੁੱਧ ਦਿਓ ਅਸੀਂ ਦਵਾਈ ਵਾਸਤੇ ਇਸਤੇਮਾਲ ਕਰਨਾ, ਦਵਾਈ ਵਾਸਤੇ, ਉਹ ਵੀ ਅਸੀਂ ਫੀਸ ਵੀ ਲੈ ਲਾ, ਸਾਡੇ ਕੋਲੇ ਕੋਈ ਭੈਣ ਭਰਾ ਆਵੇ ਫੀਸ ਵੀ ਲੈ ਲਾ ਉਹਨੂੰ ਦੁੱਧ ਮਿਲ ਸਕਦਾ ਸਾਡੇ ਕੋਲ, ਐਸਾ ਕੋਈ ਮਸਲਾ ਨਹੀਂ ਹੈ। ਵੀ ਇਸ ਮਹਿੰਗ ਪਾਈ ਦੇ ਦੌਰ ਦੇ ਵਿੱਚ ਵੀ ਅਸੀਂ ਉਹਨੂੰ ਦੁੱਧ ਬਿਮਾਰੀ ਤੌਰ ਤੇ ਫ੍ਰੀ ਦਿਆਂਗੇ, ਫ੍ਰੀ ਦਿਓਦੇ। ਤੇ ਪਿਆਰੇ ਬਾਈ ਤੁਸੀਂ ਅਗਰ ਦੁੱਧ ਫ੍ਰੀ ਦਿੰਦੇ ਹੋ ਜਾਂ ਫਿਰ ਇਸ ਤਰ੍ਹਾਂ ਤਾਵਨ ਫ੍ਰੀ ਕਰਦੇ ਹੋ ਤੇ ਆਪਣਾ ਤੁਹਾਡਾ ਮਾਸ਼ੀ ਨਿਜ਼ਾਮ ਕਿਸ ਤਰ੍ਹਾਂ ਚੱਲਦਾ? ਸਾਡੇ ਕੋਲ ਜਨਾਬ ਹਾਲੀ ਬੱਕਰੀਆਂ ਹੀ ਨਹੀਂ ਹੈ ਨਾ ਜੀ, ਸਾਡੇ ਕੋਲ ਮਾਸ਼ਾਅੱਲਾ ਬੱਕਰੀ 70-80 ਗਾਵਾਂ ਨੇ ਜੀ, ਸਾਹੀਵਾਲ ਹੈ, ਉਸ ਤੋਂ ਇਲਾਵਾ ਜਿਹੜੀਆਂ ਮਸਲਾਂ ਦੇਸੀ ਜੀ ਮਸਲਾਂ ਮੁਖਤਲਿਫ ਕਿਸਮ ਦੀਆਂ ਨਸਲਾਂ ਨੇ ਜੀ, ਉਹ ਵੀ ਇਸ ਟਾਈਮ ਮਾਸ਼ਾਅੱਲਾ ਸਾਡੇ ਕੋਲ ਮੌਜੂਦ ਨੇ। ਸਾਰਾ ਬੱਕਰੀਆਂ ਚ ਬਣਾਇਆ ਕਿ ਉਹਨਾਂ ਦਾ ਅਲੱਗ ਸੈਟਅਪ ਹੈ? ਉਹ ਵੀ ਬੱਕਰੀਆਂ ਚ ਹੀ ਬਣਾਈਆਂ। ਜ਼ਿੰਦਾਬਾਦ, ਯਾਨੀ ਕਿ ਜਿੰਨਾ ਤੁਸੀਂ ਬਿਜ਼ਨਸ ਕਰ ਰਹੇ ਹੋ ਇਹ ਬੱਕਰੀਆਂ ਚ ਹੀ ਕਰ ਰਹੇ ਹੋ? ਬੱਕਰੀਆਂ ਚ ਹੀ ਕਰ ਰਹੇ ਹਾਂ। ਸੁਭਾਨ ਅੱਲਾ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਕਿਉਂਕਿ ਪਹਿਲੇ ਸਾਡੇ ਵਾਲਾ ਸਾਹਿਬ ਨੇ ਮਸਲਨ ਬੱਕਰੀਆਂ ਸ਼ੁਰੂ ਕੀਤੀਆਂ ਸਨ ਜੀ, ਜਿੰਨਾ ਤੋਂ ਅੱਗੋਂ ਵੀ ਸਾਨੂੰ ਵੀ ਸ਼ੌਂਕ ਪੈ ਗਿਆ। ਆਹਰ ਕੰਮ ਤਾਂ ਹੀ ਵੱਧਦਾ ਨਾ ਕਿ ਸਾਰਿਆਂ ਨੂੰ ਆਸਤਾ ਆਸਤਾ ਸ਼ੌਕ ਵੱਧਦਾ ਰਹੇ, ਵੱਧਦਾ ਰਹੇ। ਇਹ ਨਹੀਂ ਕਿ ਆਖਿਆ ਵੀ ਜੇ ਪੁੱਤਰ ਨੂੰ ਆਖਿਆ, ਪੁੱਤਰ ਨੇ ਪਿਓ ਨੇ ਆਖਿਆ ਵੀ ਹੋਇਆ ਪੁੱਤਰ ਬੱਕਰੀਆਂ ਖੋਲ ਲਈ ਤਾਂ ਨਿਆਣੇ ਜਾ ਕੇ ਚਗਾਉਂਦਾ ਫਿਰ। ਇਸ ਦੌਰ ਦੇ ਵਿੱਚ ਮੇਰੇ ਦੋਸਤ ਕੀ ਆਖਣ ਦੇ ਜੀ, ਮੇਰੇ ਸਟੂਡੈਂਟ ਦੇ ਮਸਲਨ ਜਿਹੜੇ ਦੋਸਤ ਨੇ ਮੈਂ ਸਕੂਲ ਦੇ, ਉਹ ਕੀ ਆਖਣ ਦੇ ਵੀ ਯਾਰਾ ਤੂੰ ਬੱਕਰੀਆਂ ਚਗਾਨਾ ਪਿਆ ਜੀ, ਯਾਰਾ ਅਸੀਂ ਵਾਸਤਾ ਪਾਉਂਦੇ ਹਾਂ ਉਹਨਾਂ ਦੋਸਤਾਂ ਕੇ ਕਿ ਇਹ ਇਸ ਚੀਜ਼ ਨੂੰ ਖਤਮ ਕਰਿਓ, ਕਿਸੇ ਵਜ੍ਹਾ ਤੂੰ ਸਾਡਾ ਪਾਕਿਸਤਾਨ ਹੈ ਜਿਹੜਾ ਇਸ ਵਕਤ ਗੁਰਬਤ ਦੇ ਹਾਲਤ ਵਿੱਚ, ਬਹੁਤ ਬਾਹਰ ਦੇ ਮੁਲਕਾਂ ਚ ਦੌੜਨ ਦੇ 40-40 ਲੱਖ ਰੁਪਈਆ ਦੇ ਕੇ ਅੱਗੇ ਹੋਰੇ ਕੀ ਹੋਣਾ ਕਿ ਕੀ ਨਹੀਂ ਹੋਣਾ ਜੀ। ਔਰ ਰਸਤੇ ਵਿੱਚ ਆਹਰ ਕਈ ਬੰਦੇ ਅਸਫਰੁੱਲਾ, ਅਸੀਂ ਮਾਫੀ ਚਾਹੁੰਦੇ ਹਾਂ ਕਿ ਕਈਆਂ ਦੀਆਂ ਲਾਸ਼ਾਂ ਰਸਤੇ 'ਚ ਵਾਪਸ ਆਉਂਦੀਆਂ, ਠੀਕ ਹੈ, ਡੰਕੀਆਂ ਲਾਉਂਦੇ ਨੇ, ਡੰਕੀਆਂ ਲਾਉਂਦੇ ਨੇ, ਵਾਲਦੈਨ ਮਜਬੂਰ ਹੋ ਜਾਂਦੇ ਨੇ ਜੀ, ਔਲਾਦ ਦੇ ਹੱਥੋਂ ਕਿਸੇ ਨੇ ਮਕਾਨ ਵੇਚ ਛੱਡਿਆ ਜੀ, ਕਿਸੇ ਨੇ ਪਲਾਟ ਵੇਚ ਛੱਡਿਆ ਜੀ, ਕਿਸੇ ਨੇ ਧਾਰੇ ਪੈਸੇ ਲੈ ਲਏ ਨੇ ਜੀ। ਆਹਰ ਅੱਗੋਂ ਸੈਟਅਪ ਹੋਵੇ ਜਾਂ ਨਾ ਹੋਵੇ ਉਹ ਤੇ ਬਾਅਦ ਦੀ ਗੱਲ ਹੈ ਨਾ, ਲਿਹਾਜ਼ਾ ਮਿਹਰਬਾਨੀ ਉਹਨਾਂ ਦੋਸਤਾਂ ਭਰਾਵਾਂ ਦੀ ਕਿ ਆਪਣੇ ਪਾਕਿਸਤਾਨ ਦੇ ਵਿੱਚ ਰਹਿ ਕੇ ਜੀ ਇਹ ਬੱਕਰੀਆਂ ਦਾ ਕਾਰੋਬਾਰ ਕਰੋ ਜੀ। ਇਹ ਨਹੀਂ ਅਸੀਂ ਆਂਦੇ ਕਿ ਚਲੋ ਬੱਕਰੀਆਂ ਦੇ ਕਰੋ, ਲੇਕਿਨ ਪਾਕਿਸਤਾਨ ਦੇ ਵਿੱਚ ਰਹਿ ਕੇ ਕਾਰੋਬਾਰ ਕਰੋ, ਪਾਕਿਸਤਾਨ ਚ ਰਹਿ ਕੇ ਕਿ ਜਿਹੜਾ ਤੁਸੀਂ ਮਸਲਨ ਆਪਣੇ ਵਾਲਦੈਨ ਦੇ ਕੋਲ ਰਹੋ ਜੀ, ਉਸ ਵਾਲਦੈਨ ਨੂੰ ਤੁਹਾਡੀ ਪਰਵਰਿਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈ ਵੀ ਕਿ ਜਿਨ੍ਹਾਂ ਨੂੰ ਮਰਦੇ ਵਕਤ ਤੁਸੀਂ ਕੰਧਾ ਨਾ ਦੇ ਸਕੋ। ਜ਼ਿੰਦਾਬਾਦ, ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਆਪਣੇ ਵਾਲਦੈਨ ਦੇ ਕੋਲੇ ਰਹੋ, ਆਪਣੇ ਵਾਲਦੇ ਦੇ ਵਾਲਦਾ ਵਾਲਦੈਨ ਦੇ ਕੋਲੇ ਰਹਿ ਕੇ ਉਹਨਾਂ ਦੀ ਖਿਦਮਤ ਵੀ ਕਰੋ ਤੇ ਆਪਣਾ ਕਾਰੋਬਾਰ ਵੀ ਕਰੋ ਕਰੋ। ਨਜ਼ਰੀਨ ਇਕਰਾਮ, ਵਾਕਈ ਮਲਕ ਬਿਲਾਲ ਸਾਹਿਬ ਨੇ ਬਹੁਤ ਪਿਆਰੀ ਗੱਲ ਕੀਤੀ ਹੈ। ਜਿਹੜੇ ਦੋਸਤ 50 ਲੱਖ 40 ਲੱਖ 60 ਲੱਖ ਲਾ ਕੇ ਯੂਰਪ ਜਾਂਦੇ ਨੇ, ਬੜਾ ਮਿਹਰਬਾਨੀ, ਆਪਣੇ ਮੁਲਕ 'ਚ ਅਗਰ ਤੁਸੀਂ 50 ਲੱਖ ਲਾਓ ਤਾਂ ਬਿਹਤਰੀਨ ਬਿਜ਼ਨਸ ਕਰ ਸਕਦੇ ਹੋ ਬੱਕਰੀਆਂ ਦਾ। ਅਲੱਗ ਮਾਮਲਾ ਹੈ ਕਿ ਤੁਸੀਂ ਜਿਹੜੇ ਲੋਕ ਛੱਤਾਂ 'ਤੇ ਬੱਕਰੀਆਂ ਰੱਖਦੇ ਹੋ, ਇੱਕ ਦੋ ਦੋ ਚਾਰ ਬੱਕਰੀਆਂ ਰੱਖ ਕੇ, ਤਾਂ ਤੁਹਾਨੂੰ ਸਾਹਮਣੀਆਂ ਨਹੀਂ ਆਉਂਦੀਆਂ। ਅਤੇ ਮਲਕ ਸਾਹਿਬ ਨੂੰ ਇਹ ਗੱਲ ਦੱਸੋ ਕਿ ਬੱਕਰੀਆਂ ਰੱਖਣ ਵਾਸਤੇ ਬਕਾਇਦਾ ਤੌਰ 'ਤੇ ਕੋਈ ਤਰਬੀਅਤ ਵੀ ਲੈਣੀ ਪੈਂਦੀ? ਜੀ ਬਿਲਕੁਲ, ਇਹਦੇ ਵਾਸਤੇ ਹਰ ਕੋਈ ਵੀ ਕੰਮ ਹੈ ਜਿਹੜਾ ਉਹਦੇ ਵਾਸਤੇ ਐਕਸਪੀਰੀਅੰਸ ਹੋਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ, ਬਹੁਤ ਜ਼ਿਆਦਾ ਜ਼ਰੂਰੀ ਹੈ।
ਯਾਨੀ ਕਿ ਜਿਹੜੇ ਨਵੇਂ ਬੰਦੇ ਨੇ ਥੋੜੀ ਬਹੁਤ ਜਾਇਜ਼ ਸਿੱਖਣ ਪਹਿਲੇ? ਜੀ ਬਿਲਕੁਲ ਜੀ, ਜਿਸ ਤਰ੍ਹਾਂ ਬੰਦਾ ਗੱਡੀ ਲੈਂਦਾ ਗੱਡੀ ਦੀ ਜਾਇਜ਼ ਸਿੱਖਦਾ? ਜੀ ਬਿਲਕੁਲ ਜੀ, ਜਾਂ ਕੋਈ ਹੋਰ ਕੰਮ ਕਰਦਾ ਜਾਇਜ਼ ਸਿੱਖਦਾ? ਬਿਲਕੁਲ ਜੀ, ਬੱਕਰੀਆਂ ਦੀ ਜਾਇਜ਼ ਸਿੱਖਣੀ ਪੈਂਦੀ ਹੈ। ਨਾਜ਼ਰੀਨ ਇਕਰਾਮ, ਜਿਹੜੇ ਦੋਸਤ ਬੱਕਰੀਆਂ ਦਾ ਬਿਜ਼ਨਸ ਔਰ ਕਾਰੋਬਾਰ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਪੈਗਾਮ ਹੈ ਕਿ ਬਰਾਏ ਮਿਹਰਬਾਨੀ ਇੰਜੇ ਨਾ ਰਾਤੋ ਰਾਤ ਉੱਠ ਕੇ ਅਤੇ ਅਮੀਰ ਹੋ ਜਾਇਆ ਕਰੋ, ਖਾਬ ਪੁੱਠੇ ਸਿੱਧੇ ਨਾ ਵੇਖਿਆ ਕਰੋ। ਕੋਸ਼ਿਸ਼ ਕਰਿਆ ਕਰੋ ਕਿ ਪਹਿਲੇ ਜਾ ਕੇ ਟ੍ਰੇਨਿੰਗ ਲਵੋ, ਬੱਕਰੀਆਂ ਜਿੰਨਾ ਰੱਖੀਆਂ ਹੁੰਦੀਆਂ ਉਹਨਾਂ ਕੋਲ ਜਾ ਕੇ ਬਹਿਣ ਖਲੋਣ ਕਰਵਾਓ, ਚਾਹਵਾ ਛਾਵਾ ਉਹਨਾਂ ਨੂੰ ਪੀਵੋ, ਦੁੱਧ ਪੀਵੋ ਜਾ ਕੇ ਬੱਕਰੀਆਂ ਦਾ, ਉਹਨਾਂ ਨੂੰ ਗੱਲਾਂ ਬਾਤਾਂ ਪੁੱਛੋ, ਉਹਨਾਂ ਨੂੰ ਪੁੱਛੋ ਬੱਕਰੀਆਂ ਕਿਸ ਤਰ੍ਹਾਂ ਰੱਖੀ ਦੀਆਂ ਨੇ ਅਤੇ ਕੀ ਖੁਰਾਕ ਖਾਂਦੀ ਹੈ, ਰੱਖਣਾ ਕਿਸ ਤਰ੍ਹਾਂ, ਸਰਦੀਆਂ 'ਚ ਕਿਸ ਤਰ੍ਹਾਂ ਰੱਖਣਾ, ਗਰਮੀਆਂ 'ਚ ਕਿਸ ਤਰ੍ਹਾਂ ਰੱਖਣਾ, ਸਾਰੀਆਂ ਗੱਲਾਂ ਪੁੱਛ ਕੇ ਅਤੇ ਉਸ ਤੋਂ ਬਾਅਦ ਕਾਰੋਬਾਰ ਕਰਿਆ ਕਰੋ। ਔਰ ਇਹ ਬੱਕਰੀਆਂ ਉਹ ਬੰਦਾ ਰੱਖੇ ਜਿਹੜਾ ਖੁਦ ਟਾਈਮ ਦੇ ਸਕਦਾ, ਜਿਹੜਾ ਬੰਦਾ ਨੌਕਰ ਤੇਰਾ ਨੌਕਰ ਆ ਕੇ ਬੱਕਰੀਆਂ ਦਾ ਫਾਰਮ ਬਣਾ ਜਾਂਦਾ, ਬਿਲਕੁਲ ਬੱਕਰੀਆਂ ਨਾ ਰੱਖੇ, ਭਾਵੇਂ ਉਹ ਯੂਰਪ 'ਚ ਅਤੇ ਭਾਵੇਂ ਪਾਕਿਸਤਾਨ ਵਿੱਚ ਜਾਂ ਅਰਬਾਂ ਵਿੱਚ, ਬਿਲਕੁਲ ਬੰਦਾ ਕਾਮਯਾਬ ਨਹੀਂ। ਜ਼ਿੰਦਾ ਮਿਸਾਲ ਬੇਸ਼ੁਮਾਰ ਦੋਸਤਾਂ ਦੀ ਮੌਜੂਦ ਹੈ, ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ, ਉਹਨਾਂ ਬਹੁਤ ਅੱਛੀਆਂ ਅੱਛੀਆਂ ਬੱਕਰੀਆਂ ਰੱਖੀਆਂ ਨੇ, ਮੁਲਾਜ਼ਮ ਚੁਗਾਉਂਦੇ ਨੇ ਪਏ ਉਹਨਾਂ ਦੀਆਂ ਬੱਕਰੀਆਂ, ਲੇਕਿਨ ਇਤਨੇ ਟਾਪ 'ਤੇ ਉਹ ਨਹੀਂ ਜਾ ਰਹੇ। ਉਹਦੀ ਵਜ੍ਹਾ ਐਵੇਂ, ਰੀਜ਼ਨ ਐਵੇ ਕਿ ਬਜ਼ਾਤ ਖੁਦ ਟਾਈਮ ਨਹੀਂ ਦਿੰਦੇ। ਜਿਸ ਬੰਦੇ ਦਾ ਮਾਲ ਹੁੰਦਾ ਉਹਨੂੰ ਹੀ ਦਰਦ ਹੁੰਦਾ ਬੱਕਰੀਆਂ ਦਾ, ਉਹਨੂੰ ਹੀ ਪਤਾ ਹੁੰਦਾ ਕਿ ਮੇਰੀ ਬੱਕਰੀ ਕਿੰਨੀ ਮਹਿੰਗੀ ਹੈ, ਮੈਂ ਇਹਦੀ ਕਿੰਨੀ ਕੇਅਰ ਕਰਨੀ ਹੈ। ਜੀ ਪਿਆਰੇ ਬਾਈ, ਸਹੀ ਗੱਲ ਹੈ ਜੀ, ਬਿਲਕੁਲ। ਲੈ ਜੀ ਦੋਸਤੋ, ਕਿਸੇ ਵੀ ਕਿਸਮ ਦਾ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਮੈਂ ਉਹਦੇ ਮੁਤਾਬਕ ਤੁਹਾਨੂੰ ਜਵਾਬ ਦਿਆਂਗਾ। ਫੀ ਮਾਨ ਲਾ ਪਾਕਿਸਤਾਨ ਜ਼ਿੰਦਾਬਾਦ।